ਗੁੱਡ ਮਾਰਨਿੰਗ ਟੂ ਆਲ ਅੱਜ ਸਟੱਡੀ ਵੀਡੀਓ ਅਸੀਂ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਉਹ ਹੈ ਰਾਈਟਿੰਗ ਟਾਸਕ 2 ਦੇ ਨਾਲ ریلیਟਿਡ ਇਹ ਜਿਹੜੇ ਰਾਈਟਿੰਗ ਟਾਸਕ 2 ਨੇ ਇਹ ਸਪਟੰਬਰ ਮੰਥ ਦੇ ਵਿੱਚ ਆਈ ਸੀ 2020 ਦੇ ਵਿੱਚ ਸੋ ਸਾਨੂੰ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆਏ ਕਿ ਮੈਮ ਸਾਨੂੰ ਆਈਡੀਆ ਵੀ ਦਿਆ ਕਰੋ ਨਾਲ ਨਾਲ ਤੇ ਇਸ ਕਰਕੇ ਅਸੀਂ ਇਹ ਤੁਹਾਨੂੰ ਵੀ ਆਈਡੀਆ ਦੇ ਰਹੇ ਹਾਂ ਤੁਹਾਡੇ ਅਸੀਂ ਐਕਸਪਲੇਨ ਕਰਾਂਗੇ ਹਰ ਚੀਜ਼ ਤੁਸੀਂ ਕਿਵੇਂ ਲਿਖ ਸਕਦੇ ਹੋ ਕਿ ਕੀ ਆਈਡੀਆ ਆ ਸਕਦਾ ਸੋ ਇੱਕ ਵਾਰੀ ਤੁਸੀਂ ਪੇਪਰ ਦੇਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਦੇਖਿਓ ਕਿ ਹੋ ਸਕਦਾ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਵੀ ਕੋਈ ਜਿਹੜੀ ਰਾਈਟਿੰਗ ਟਾਸਕ ਹੋਗਾ ਉਹ ਪੁੱਛ ਸੋ ਹੁਣ ਆਪਾਂ 3 ਵੀਡੀਓ ਸਟਾਰਟ ਕਰਦੇ ਆਂ ਹਾਂਜੀ ਆਪਣੀ ਜਿਹੜੀ ਫਸਟ ਸਟੇਟਮੈਂਟ ਹੈ ਉਹ ਹੈ ਸਮ ਪੀਪਲ ਥਿੰਕ ਯੰਗ ਪੀਪਲ ਸ਼ੁਡ ਬੀ ਫ੍ਰੀ ਟੂ ਚੂਜ਼ ਹਿਸ অর ਹਰ ਜੌਬ ਬਟ ਅਦਰ ਪੀਪਲ ਥਿੰਕ ਦੇ ਸ਼ੁਡ ਬੀ ਰੀਅਲਿਸਟਿਕ ਐਂਡ ਥਿੰਕ ਮੋਰ ਅਬਾਊਟ ਥੇਅਰ ਫਿਊਚਰ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਸੋ ਇਹ ਜਿਹੜਾ ਟਾਸਕ 2 ਆਇਆ ਸੀ ਆਈਸੀ 5 ਸਪਟੰਬਰ 2020 ਮਾਰਨਿੰਗ ਦੇ ਵਿੱਚ ਆਇਆ ਸੀ ਸੋ ਹੁਣ ਆਪਾਂ ਸਟੇਟਮੈਂਟ ਸਮਝਦੇ ਕਿ ਕੁੱਝ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਜਿਹੜੇ ਯੰਗ ਪੀਪਲ ਹਨ ਉਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਕਿ ਉਹ ਆਪ ਦੇ ਅਕੋਰਡਿੰਗ ਆਪਣੀ ਕੋਈ ਵੀ ਉਹਨਾਂ ਨੂੰ ਚਾਹੀਦੀਆਂ ਰੀਲਿਸਟਿਕ ਹੋਣੀਆਂ ਚਾਹੀਦੀਆਂ ਤਾਂ ਉਹਨਾਂ ਨੂੰ ਆਪਦੇ ਫਿਊਚਰ ਬਾਰੇ ਸੋਚਣਾ ਚਾਹੀਦਾ ਦੋਨੋਂ ਵੀ ਉਸ ਬਾਰੇ ਗੱਲ ਕਰਾਂਗੇ ਸੋ ਕਿਸ ਟਾਈਪ ਦਾ ਆਈਡੀਆ ਆਪਾਂ ਲਿਖ ਸਕਦੇ ਹਾਂ ਫਰਸਟ ਜਿਹੜਾ ਵਿਊ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਇੰਡੀਵਿਜੂਅਲਸ ਨੇ ਯੰਗ ਪੀਪਲ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਪ੍ਰੋਡਕਟਿਵ ਹੋਣ ਦਾ ਸੋ ਇਹਦੇ ਵਿੱਚ ਤੁਸੀਂ ਇਕਨੋਮੀ ਦੀ ਗੱਲ ਕਰ ਸਕਦੇ ਹੋ ਕਿ ਇਕਨੋਮੀ ਜਿਹੜੀ ਹੋਊਗੀ ਦੇਸ਼ ਦੀ ਉਹ ਜ਼ਿਆਦਾ ਵਧੀਆ ਹੋਊਗੀ। ਸੈਕਿੰਡ ਜਿਹੜਾ ਆਈਡੀਆ ਆ ਸਕਦਾ ਕਿ ਉਹਨਾਂ ਕੋਲ ਇੰਨਾ ਕ ਜ਼ਿਆਦਾ ਪੋਟੈਂਸ਼ੀਅਲ ਆ ਕਿ ਉਹ ਗੁੱਡ ਰਿਜ਼ਲਟਸ ਦੇ ਸਕਦੇ ਨੇ ਉਹਨਾਂ ਨੂੰ ਗੁੱਡ ਰਿਜ਼ਲਟਸ ਮਿਲ ਸਕਦੇ ਨੇ ਜੇ ਉਹ ਆਪਣੇ ਅਕੋਰਡਿੰਗ ਜੌਬ ਕਰਨ ਤਾਂ ਆਪਣੇ ਆਪਣੇ ਇੰਟਰਸਟ ਦੇ ਅਕੋਰਡਿੰਗ ਜੌਬ ਚੂਜ਼ ਕਰਨ ਤਾਂ। ਸੈਕਿੰਡ ਜਿਹੜੀ ਆਈਡੀਆ ਸੀ ਉਹਨ ਦੇ ਵਿੱਚ ਆ ਸਕਦਾ ਆਪਣੇ ਕੋਲ ਸੈਂਸ ਆਫ ਫੁਲਫਿਲਮੈਂਟ ਸੋ ਉਹਨਾਂ ਕੋਲ ਇੰਨਾ ਉਹਨਾਂ ਕੋ ਉਹਨਾਂ ਨੂੰ ਇੰਨਾ ਕ ਪਤਾ ਹੋਣਾ ਚਾਹੀਦਾ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣ। ਥਿੰਕ ਆਫ ਲੌਂਗ ਟਰਮ ਜੌਬ ਮਤਲਬ ਉਹ ਜਿਨ੍ਹਾਂ ਵਿੱਚ ਜਿਹੜੀ ਸੈਲਰੀ ਆ ਉਹ ਵਧੀਆ ਮਿਲ ਸਕੇ ਉਹ ਜਿਹੜੀ ਜੌਬ ਹੋਵੇ ਉਹਨਾਂ ਦੀ ਸਿਕਿਉਰ ਹੋਵੇ ਲੌਂਗ ਲੌਂਗ ਲਾਸਟਿੰਗ ਹੋਵੇ ਲੌਂਗ ਟਾਈਮ ਤੱਕ ਚੱਲੇ ਸੋ ਹੁਣ ਆਪਾਂ ਇਹ ਦੋ ਵਿਊਜ਼ ਦੇ ਸਕਦੇ ਆ ਆਪਾਂ BP1 ਔਰ BP2 ਦੇ ਵਿੱਚ ਸੈਕਿੰਡ ਜਿਹੜੀ ਸਟੇਟਮੈਂਟ ਸੀ ਉਹ ਹੈ ਇਟ ਹੈਜ਼ ਬੀਨ ਸਜੈਸਟਡ ਥੈਟ ਆਲ ਯੰਗ ਅਡਲਟਸ ਸ਼ੁੱਡ ਬੀ ਰਿਕੁਆਇਰਡ ਟੂ ਅੰਡਰਟੇਕ ਅ ਪੀਰੀਅਡ ਆਫ ਐਨ ਅਨਪੇਡ ਵਰਕ ਹੈਲਪਿੰਗ ਪੀਪਲ ਇਨ ਕਮਿਊਨਿਟੀ would the drawbacks be greater than the benefits to community and the individual youngsters a jadi statement i see see 5 september 2020 evening de vich kende suggest kita janda ki bahut sara jadi young young lok ne young people ne adult ne unna nu looda ki oh unpaid work matlab jinna nu tanakha nahi mildi us type de work karan taaki community de vich jade reh rahe lok a unna di help ho sake ki drawbacks in de jyada hai ਬੈਨੀਫਿਟਸ ਦੇ ਨਾਲ ਉਹ ਸੋ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਤਾਂ ਆਪਾਂ ਕਹਿ ਸਕਦੇ ਆ ਯੰਗ ਪੀਪਲ ਊਡ ਪੁੱਟ ਇਨ ਹੈਲਪਿੰਗ ਪੀਪਲ ਯੂਜ਼ ਇਨ ਐਨਹਾਂਸਿੰਗ ਸਕਿਲਸ ਕਹਿੰਦੇ ਜਦੋਂ ਉਹ ਹੈਲਪ ਕਰਨਗੇ ਆਪਣੀ ਜੜੀਆਂ ਉਹਨਾਂ ਦੀ ਇਨਹਾਂਸ ਕਰਨਗੇ ਸਕਿਲਸ ਸਟਰੈਥਨਿੰਗ ਸਟਰੈਥਨਿੰਗ ਐਜੂਕੇਸ਼ਨਲ ਉਹਨਾਂ ਦੀ ਜੜੀ ਕੁਆਲੀਫਿਕੇਸ਼ਨਸ ਆ ਉਹ ਵਦਨ ਕਿ ਉਹਨਾਂ ਨੂੰ ਸ਼ਕਤੀ ਮਿਲੂਗੀ ਐਂਡ ਦੈਨ ਫਿਰ ਉਹ ਉਸ ਬਾਅਦ ਅਪਲਾਈ ਕਰ ਸਕਦੇ ਨੇ ਹਾਈ ਸਟੇਟਸ ਜੌਬ ਦੇ ਲਈ ਜੇ ਉਹ ਅਨਪੇਡ ਵਰਕ ਕਰਨਤਾ ਦੂਸਰੀ ਤਰਫ ਆਪਾਂ ਕਹਿ ਸਕਦੇ ਹਾਂ on the other side they learn the value of moving forward while helping other ਕਹਿੰਦੇ ਉਹ ਵੈਲਿਊਜ਼ ਸਿੱਖਣਗੇ ਜਦੋਂ ਉਹ ਕਿਸੇ ਦੀ ਹੈਲਪ ਕਰਨਗੇ ਫਿਰ ਉਹ ਅੰਡਰਸਟੈਂਡ ਕਰਨਗੇ ਕਿ ਸਹੀ ਆ ਉਹਨਾਂ ਦੇ ਲਈ ਸਕਸੈਸ ਦਾ ਮਤਲਬ ਕੀ ਆ ਪ੍ਰੋਗਰੈਸ ਦਾ ਮਤਲਬ ਕੀ ਆ ਉਹ ਸਿਰਫ ਇਹ ਸੋਚਣਗੇ ਕਿ ਜਿਹੜੀ ਮਨੀ ਆ ਉਹੀ ਹਰ ਚੀਜ਼ ਨਹੀਂ ਹੁੰਦੀ ਹੈਗੀ ਨੇਬਰਹੈਂਡ ਜਿਹੜੀਆਂ ਜਿਹੜੇ ਉਹਨਾਂ ਦੇ ਨਾਲ ਦੇ ਦੇਸ਼ ਨੇ ਸਿਟੀਜ਼ ਨੇ ਉਹ ਵੀ ਕੀ ਹੋਣਗੀਆਂ ਬੈਟਰ ਹੋਣਗੀਆਂ ਸੋ ਇਸ ਸਾਈਡ ਦਾ ਤੁਸੀਂ ਆਈਡੀਆ ਲਿਖ ਸਕਦੇ ਹੋ थर्ड सम पीपल बिलीव दैट फिजिकल फिटनेस ऑफ स्ट्रॉग इंडिविजुअल्स एंड टीम्स इज द रीजन फॉर मोस्ट स्पोर्ट अचीवमेंट अदर्स हाउ हैवर थिंक दैट मेंटल एटीट्यूड इज मोर इम्पोर्टेंट डूर एन ओपीनियन कुछ लोग सोचते हैं कि जी फिजिकल फिटनेस एक स्ट्रोंग इंडिविजुअल की टीम की उही स्पोर्ट अचीवमेंट हैल्प करती है दूसरी तरफ लोग ने लोग सोचते हैं कि जरा मैंटल एटीट्यूड मैंटली डिवेलपमेंट होनी चाहिए आ जो तो तीस किसी भी स्पोर्ट के अचीवमेंट लैनी है तो यह जरा बारह सपंबर 2020 ਮਾਰਨਿੰਗ ਦੇ ਵਿੱਚ ਆਇਆ ਸੀ ਤਾਂ ਫਰਸਟ ਥਿਊ ਜਿਹੜਾ ਇਹ ਉਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਨੇਮ ਐਂਡ ਫੇਮ ਕਮਾ ਸਕਦਾ ਇੱਕ ਇਨਸਾਨ ਜੇ ਉਹਦੇ ਕੋਲ ਫਿਜ਼ੀਕਲ ਫਿਟਨੈਸ ਹੈਗੀ ਹੈ ਲਾਈਕ ਆਪਾਂ ਕੋਈ ਵੀ ਕ੍ਰਿਕਟਰ ਦੀ ਗੱਲ ਕਰ ਸਕਦੇ ਹਾਂ ਇੱਥੇ ਜਿਵੇਂ ਵਿਰਾਟ ਕੋਹਲੀ ਦੀ ਗੱਲ ਕਰ ਸਕਦੇ ਹਾਂ ਕਿ ਟੀਮ ਦੇ ਵਿੱਚ ਜੇ ਆਪਣੇ ਕੋਲ ਫਿਟਨੈਸ ਹੈ ਤਾਂ ਆਪਾਂ ਵਿਕਟਰੀ ਅਚੀਵ ਕਰ ਸਕਦੇ ਹਾਂ ਦੂਸਰੀ ਤਰਫ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮੈਂਟਲ ਐਟੀਟਿਊਡ ਆ ਉਹ ਇੱਕ ਫਾਊਂਡੇਸ਼ਨ ਹੈ ਜੇ ਬੰਦਾ ਮੈਂਟਲੀ ਤੌਰ ਤੇ ਸਟਰੋਂਗ ਨਹੀਂ ਹੋਊਗਾ ਤੇ ਉਹ ਖੇਲ ਨਹੀਂ ਕਰ ਸਕੂਗਾ ਸੋ ਕਿਤੇ ਨਾ ਕਿਤੇ ਇਹ ਵੀ ਚੀਜ਼ ਜ਼ਰੂਰੀ ਹੈ ਤੇ ਇਹਦੇ ਨਾਲ ਕੀ ਆ ਉਹ ਜਿਹੜੀਆਂ ਟੈਕਨੀਕਸ ਆ ਇਫੈਕਟਿਵ ਟੈਕਨੀਕਸ ਆ ਉਹ ਖੇਡ ਦੇ ਵਿੱਚ ਯੂਜ਼ ਕਰ ਸਕਦਾ ਆ ਪਾ ਕਿੱਦਾਂ ਬੋਲਿੰਗ ਕਰਨੀ ਆ ਕਿੱਦਾਂ ਆਪਾਂ ਹਰ ਚੀਜ਼ ਜੇ ਆਪਾਂ ਕ੍ਰਿਕਟ ਦੀ ਗੱਲ ਕਰੀਏ ਤਾਂ ਕੋਈ ਵੀ ਕੰਮ ਜੇ ਉਹਨਾਂ ਮੈਂਟਲੀ ਉਹਦੀ ਡਿਵੈਲਪਮੈਂਟ ਹੋ ਰਹੀ ਆ ਮੈਂਟਲੀ ਉਹ ਸਟਰੋਂਗ ਆ ਤਾਂ ਉਹ ਕੋਈ ਵੀ ਅਚੀਵ ਕਰ ਸਕਦਾ ਕੋਈ ਵੀ ਚੀਜ਼ ਫੋਰਥ ਜਿਹੜੀ ਹੈਗੀ ਐ ਸਮ ਪੀਪਲ ਸੇ ਦੈਟ ਹੈਲਥ ਕੇਅਰ ਐਂਡ ਐਜੂਕੇਸ਼ਨ ਸ਼ੁੱਡ ਬੀ ਦ ਰਿਸਪੌਂਸਿਬਿਲਟੀ ਆਫ ਗਵਰਨਮੈਂਟ ਬਟ ਅਦਰਸ ਸੀ ਇਟ ਇਜ਼ ਰਿਸਪੌਂਸਿਬਿਲਟੀ ਆਫ ਇੰਡੀਵਿਜੂਅਲਸ ਦਮਸੈਲਫਸ ਕਹਿੰਦੇ ਕੁਝ ਲੋਕ ਸੋਚਦੇ ਨੇ ਕਿ ਜਿਹੜੀ ਹੈਲਥ ਕੇਅਰ ਤੇ ਐਜੂਕੇਸ਼ਨ ਆ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਗਵਰਨਮੈਂਟ ਦੀ ਬਟ ਦੂਸਰੀ ਤਰਫ ਸੋਚਦੇ ਨੇ ਕਿ ਇਹ ਇੰਡੀਵਿਜੂਅਲ ਦੀ ਖੁਦ ਦੀ ਰਿਸਪੌਂਸਿਬਿਲਟੀ ਹੈ ਦੋਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਨਾਲ ਦੇ ਨਾਲ ਓਪੀਨੀਅਨ ਦਵਾਂਗੇ ਸੋ ਇਹ ਆਇਆ ਸੀ ਟਾਸਕ 12 ਸਪਟੈਂਬਰ 2020 ਈਵਨਿੰਗ ਦੇ ਵਿੱਚ ਜਿਹੜਾ ਫਰਸਟ ਫਿਊ ਹੋਗਾ ਉਹਦੇ ਵਿੱਚ ਆਪਾਂ ਕਰਵਾਵਾਂਗੇ ਗੱਲ ਇੰਡੀਵਿਜੂਅਲ ਦੀ ਕਿ ਜਦੋਂ ਇੰਡੀਵਿਜੂਅਲ ਦੀ ਖੁਦ ਦੀ ਰਿਸਪੌਂਸਿਬਿਲਟੀ ਹੋਊਗੀ ਉਹ ਪ੍ਰੋਪਰਲੀ ਕਲਾਸ ਦੇ ਉੱਪਰ ਕਨਸੈਂਟਰੇਟ ਕਰ ਪਾਊਗਾ ਉਹਨਾਂ ਨੂੰ ਜਿਹੜੀਆਂ ਐਜੂਕੇਸ਼ਨਲ ਫੈਸਿਲਿਟੀਜ਼ ਨੇ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਮੌਕੇ ਮਿਲਣਗੇ ਤੇ ਦੂਸਰੀ ਤਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਅਗਰ ਉਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੋਊਗੀ ਤੇ ਜਿਹੜੇ ਲੋਕ ਨੇ ਉਹ ਓਵਰ ਯੂਜ਼ ਕਰਨਗੇ ਹਰ ਚੀਜ਼ ਦਾ ਠੀਕ ਹੈ ਤੇ ਉਹ ਜਿਹੜੀਆਂ ਜਦੋਂ ਉਹ ਓਵਰ ਯੂਜ਼ ਕਰਨਗੇ ਤਾਂ ਪ੍ਰੋਬਲਮਸ ਖੜੀਆਂ ਹੋ ਸਕਦੀਆਂ ਦੂਜੇ ਲੋਕਾਂ ਦੇ ਲਈ ਜਿਹੜੇ ਕਿ ਅਮਰਜੈਂਸੀ ਜਿਨ੍ਹਾਂ ਨੂੰ ਲੋੜ ਹੈਗੀ ਆ ਸੋ ਇਸ ਟਾਈਪ ਦਾ ਆਪਾਂ ਬੋਲ ਸਕਦੇ ਹਾਂ ਇਹਦੇ ਵਿੱਚ ਫਿਫਥ ਜਿਹੜੀ ਨੇ ਟੂਡੇ ਮੈਨੀ ਚਿਲड्रन ਸਪੈਂਡ ਅ ਲੋਟ ਆਫ ਟਾਈਮ ਪਲੇਇੰਗ ਕੰਪਿਊਟਰ ਗੇਮਸ ਐਂਡ ਲਿਟਲ ਟੂ ਟਾਈਮ ਔਨ ਸਪੋਰਟਸ ਵਾਈਜ਼ ਇਜ਼ ਇਟ ਇਜ਼ ਥਿਸ ਅ ਪੋਜ਼ਿਟਿਵ অর 네ਗੇਟਿਵ ਲਪੈਂਡ ਕਹਿੰਦੇ ਅੱਜ ਦੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਆਪਣਾ ਟਾਈਮ ਸਪੈਂਡ ਕਰਦੇ ਨੇ ਕੰਪਿਊਟਰ ਗੇਮਸ ਦੇ ਉੱਪਰ ਤੇ ਬਹੁਤ ਘੱਟ ਟਾਈਮ ਦਿੰਦੇ ਨੇ ਸਪੋਰਟਸ ਦੇ ਉੱਤੇ ਕਿਉਂ ਇਦਾਂ ਹੋ ਰਿਹਾ ਕਿ ਪੋਜ਼ਿਟਿਵ ਹੈ ਕਿ 네ਗੇਟਿਵ ਹੈ ਸੋ ਇਹ ਜਿਹੜਾ ਟਾਸਕ ਆਇਆ ਸੀ AIC 17 ਸਪਟੰਬਰ 2020 ਮਾਰਨਿੰਗ ਦੇ ਵਿੱਚ ਔਰ 5 ਦਸੰਬਰ 2020 ਮਾਰਨਿੰਗ ਦੇ ਵਿੱਚ ਰਿਪੀਟ ਹੋਇਆ ਸੀ ਸੋ ਆਪਾਂ ਇਹਦੇ ਵਿੱਚ ਇਹ ਰੀਜ਼ਨ ਲਿਖ ਸਕਦੇ ਹਾਂ ਕਿ ਅੱਜਕੱਲ ਜਿਹੜੇ ਲੈਪਟਾਪਸ ਨੇ ਉਹ ਜ਼ਿਆਦਾ ਇੰਨੇ ਕੋ ਕਰੇ ਚੁੰਦੇ ਨੇ ਕਿ ਉਹ ਗੇਮਸ ਦੇ ਉੱਪਰ ਜ਼ਿਆਦਾ ਧਿਆਨ ਦੇ ਸਕਣ ਦੂਸਰੀ ਤਰਫ ਨੇ ਉਹ ਸੋਚਦੇ ਨੇ ਕਿ ਜਿਹੜੀ ਆਊਟਡੋਰ ਐਕਟੀਵਿਟੀਆਂ ਬਹੁਤ ਜ਼ਿਆਦਾ ਹੁੰਦੇ ਨਾਲ ਇਨਸਾਨ ਥੱਕ ਜਾਂਦਾ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਿਜ਼ੀਕਲ ਐਫਰਟਸ ਹੀ ਲੋਡ ਪੈਂਦੀ ਹੈ ਸੋ ਇਸ ਕਾਰਨ ਉਹ ਕੱਟ ਜਿਹੜਾ ਆਪਣਾ ਟਾਈਮ ਉਹ ਸਪੋਰਟਸ ਵੱਲ ਦਿੰਦੇ ਨੇ ਫਿਰ ਦੂਸਰਾ ਆ ਸਕਦਾ ਕਿ ਅਗਰ ਆਪਾਂ ਇਹ ਕਰੀਏ ਕਿ ਉਹ ਬਹੁਤ ਜ਼ਿਆਦਾ ਅਗਰ ਟਾਈਮ ਸਪੈਂਡ ਕਰਦੇ ਨੇ ਗੇਮਸ ਦੇ ਉੱਪਰ ਤੇ ਉਹਨਾਂ ਦੇ ਨਾਲ ਉਹਨਾਂ ਦੀ ਮੈਂਟਲ ਤੇ ਫਿਜ਼ੀਕਲ ਇਫੈਕਟ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਤੇ ਅਸਰ ਹੋਊਗਾ ਉਹਨਾਂ ਦੀ ਜੇ ਜਿਹੜੀ ਆਈ ਆਈ ਸਾਈਟ ਬਹੁਤ ਜ਼ਿਆਦਾ ਵੀਕ ਹੋ ਜੂਗੀ ਆਪਾਂ ਅਗਲਾ ਪੁਆਇੰਟ ਦੇ ਸਕਦੇ ਕਿ ڈپریشن ਦੇ ਵਿੱਚ ਵੀ ਇਨਸਾਨ ਆ ਸਕਦਾ ਜਦੋਂ ਉਹ ਬਹੁਤ ਜ਼ਿਆਦਾ ਟਾਈਮ ਸਪੈਂਡ ਕਰੂਗਾ ਕੰਪਿਊਟਰ ਗੇਮਸ ਦੇ ਉੱਪਰ ਸੋ ਇਹ ਆਈਡੀਆ ਆਪਾਂ ਲਿਖ ਸਕਦੇ ਹਾਂ ਅਗਲਾ ਜਿਹੜਾ ਸਟੇਟਮੈਂਟ ਹੈ ਮੈਨੀ ਕੰਟਰੀਜ਼ ਏਮ ਟੂ ਇੰਪਰੂਵ ਥੇਅਰ ਲਿਵਿੰਗ ਸਟੈਂਡਰਡ ਬਾਈ ਇਕਨੋਮਿਕ ਡਿਵੈਲਪਮੈਂਟ ਕਹਿੰਦੇ ਬਹੁਤ ਸਾਰੀਆਂ ਕੰਟਰੀਜ਼ ਆ ਏਮ ਆ ਕਿ ਉਹ ਲਿਵਿੰਗ ਸਟੈਂਡਰਡ ਇੰਪਰੂਵ ਕਰਨ ਇਕਨੋਮਿਕ ਡਿਵੈਲਪਮੈਂਟ ਦੇ ਕਰਕੇ ਐਂਡ ਕੁਝ ਇੰਪੋਰਟੈਂਟ ਸੋਸ਼ਲ ਵੈਲਿਊਜ਼ ਜਿਹੜੀਆਂ ਨੇ ਉਹ ਦੇ ਕੀ ਐਡਵਾਂਟੇਜਸ ਇਕਨੋਮਿਕ ਡਿਵੈਲਪਮੈਂਟ ਤੇ ਜ਼ਿਆਦਾ ਡਿਸਐਡਵਾਂਟੇਜ ਦੇ ਨਾਲ ਸੋ ਇਹ ਜਿਹੜਾ ਟਾਸਕ ਆਇਆ ਸੀ AIC 17 ਸਪਟੰਬਰ 2020 ਇਵਨਿੰਗ ਦੇ ਵਿੱਚ ਤਾਂ ਅਗਰ ਆਪਾਂ ਐਡਵਾਂਸ ਐਡਵਾਂਟੇਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਉਹਨਾਂ ਨੂੰ ਪਬਲਿਕ ਸਰਵਿਸਿਜ਼ ਮਤਲਬ ਉਹਨਾਂ ਨੂੰ ਜਿਹੜੀਆਂ ਲੋਕ ਨੇ ਪਬਲਿਕ ਸਰਵਿਸਿਜ਼ ਉਹਨਾਂ ਨੂੰ ਪ੍ਰੋਵਾਈਡ ਕਰਨ ਤਾਂ ਕਿ ਉਹ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਨ ਕੋਈ ਪ੍ਰੋਬਲਮ ਨਾ ਹੋਵੇ ਦੂਸਰਾ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਕਿੱਲਸ ਨੇ ਉਹ ਜਦਾ ਡਿਵੈਲਪ ਹੋਣ ਗਿਆ ਉਹਨਾਂ ਦਾ ਜਿਹੜਾ ਮਾਈਂਡਸੈਟ ਆ ਉਹ ਸਹੀ ਰਹੂਗਾ ਤੇ ਅਗਰ ਆਪਾਂ ਡਿਸਐਡਵਾਂਟੇਜ ਦੀ ਗੱਲ ਕਰੀਏ ਤਾਂ ਉਹਦੇ ਨਾਲ ਕੀ ਹੋਊਗਾ ਕਿ ਜੇ ਆਪ ਇੱਕ ਇਨਸਾਨ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਿਹਾ ਤਾਂ ਜਿੰਨਾ ਉਹ ਹਾਰਡ ਵਰਕ ਕਰੂਗਾ ਓਨੀ ਉਹਦੀ ਗ੍ਰੋਥ ਜ਼ਿਆਦਾ ਹੋਊਗੀ ਜੇ ਗ੍ਰੋਥ ਹੋਊਗੀ ਤਾਂ ਇਟ ਮੀਨਸ ਇਕਨੋਮੀ ਆਪਣੇ ਦੇਸ਼ ਦੀ ਜ਼ਿਆਦਾ ਸਟਰੋਂਗ ਹੋਊਗੀ ਇਨਕਰੀਜ਼ ਹੋਊਗੀ ਤਾਂ ਆਪਾਂ ਇਹ ਕਹਿ ਸਕਦੇ ਨੇ ਕਿ ਅਗਰ ਉਹ ਹਾਰਡ ਵਰਕ ਜਿਹੜੇ ਪੇਰੈਂਟਸ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤਾਂ ਉਹਨਾਂ ਕੋਲ ਇੰਨਾ ਵੀ ਟਾਈਮ ਨਹੀਂ ਹੋਊਗਾ ਕਿ ਉਹ ਆਪਣੇ ਪੇਰੈਂਟਸ ਦੇ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰ ਸਕਣ ਜਿੰਨਾ ਕਰਕੇ ਉਹ ਜਿਹੜੀਆਂ ਸੋਸ਼ਲ ਵੈਲਿਊਜ਼ ਆ ਬੱਚਿਆਂ ਨੂੰ ਨਹੀਂ ਸਿਖਾ ਪਾਉਂਦੇ ਉਹ ਟਾਈਮ ਸਪੈਂਡ ਨਹੀਂ ਕਰ ਪਾਉਂਦੇ ਬੱਚੇ ਕੁਝ ਨਹੀਂ ਸਿੱਖਦੇ ਆ ਕਿ ਚੰਗਾ ਧਿਆਨ ਦੂਸਰੀ ਤਰਫ ਚਲਾ ਜਾਂਦਾ ਸੋ ਇਹ ਆਪਾਂ ਇਹ ਡਿਸਐਡਵਾਂਟੇਜ ਲਿਖ ਸਕਦੇ ਆ ਨੈਕਸਟ ਜਿਹੜੀ ਸਟੇਟਮੈਂਟਸ ਯੂ ਹੈ ਸਕੂਲ ਸ਼ੁੱਡ ਨਾਟ ਫੋਰਸ ਚਿਲड्रन ਟੂ ਲਰਨ ਅ ਫੋਰਨ ਲੈਂਗੁਏਜ ਟੂ ਵਾਟ ਐਕਸਟੈਂਡਰ ਯੂ ਐਗਰੀ অর ਡਿਸਐਗਰੀ ਸਕੂਲਸ ਨੂੰ ਕਦੇ ਵੀ ਫੋਰਸ ਨਹੀਂ ਕਰਨਾ ਚਾਹੀਦਾ ਕਿ ਫੋਰਨ ਲੈਂਗੁਏਜ ਸਿੱਖਣ ਬੱਚੇ ਕਿ ਕਿੰਨੀ ਹੱਦ ਤੱਕ ਤੁਸੀਂ ਐਗਰੀ ਕਰਦੇ ਹੋ ਕਿੰਨੀ ਹੱਦ ਤੱਕ ਤੁਸੀਂ ਡਿਸਐਗਰੀ ਕਰਦੇ ਹੋ ਇਹ ਜਿਹੜਾ ਸੀ ਸਟੇਟਮੈਂਟ ਇਹ ਆਈ ਸੀ 19 ਸਪਟੈਂਬਰ 2020 ਮਾਰਨਿੰਗ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਟੂਡੈਂਟਸ ਨੂੰ ਕਦੇ ਵੀ ਇਨ ਫੋਰਸ ਨਹੀਂ ਕਰਨਾ ਚਾਹੀਦਾ ਹਮੇਸ਼ਾ ਇਨਕਰੇਜ ਕਰਨਾ ਚਾਹੀਦਾ ਜੇ ਉਹਨਾਂ ਨੂੰ ਇਨਕਰੇਜ ਕੀਤਾ ਜਾਊਗਾ ਤੇ ਉਹ ਕਲਚਰ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲੂਗਾ ਦੂਸਰੀ ਕੰਟਰੀਜ਼ ਦੇ ਨਾਲ ਉਹ ਆਪਣੀ ਇਨਫੋਰਮੇਸ਼ਨ ਹੋਰ ਵੀ ਵਧਾ ਸਕਣਗੇ ਨੌਲੇਜ ਮਿਲੂਗੀ ਉਹਨਾਂ ਨੂੰ ਤੇ ਉਹ ਕਮਿਊਨੀਕੇਟ ਕਰ ਸਕਣਗੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਹੀ ਤਾਂ ਦੂਸਰੀ ਤਰਫ ਇਹ ਕਹਿ ਸਕਣਗੇ ਜੇ ਉਹਨਾਂ ਨੂੰ ਫੋਰਸ ਕੀਤਾ ਜਾਊਗਾ ਤਾਂ ਉਹ ਇਫੈਕਟਿਵਲੀ ਕੰਮ ਨਹੀਂ ਕਰ ਸਕਣਗੇ ਉਹ ਕੋਈ ਵੀ ਚੀਜ਼ਾਂ ਚੰਗੀ ਤਰ੍ਹਾਂ ਨਹੀਂ ਸਿੱਖ ਸਕਣਗੇ ਤਾਂ ਉਹ ਗੇਰ ਇਲੈਕਟੈਂਟ ਹੋ ਜਾਣਗੇ ਕੋਈ ਵੀ ਫੋਰਨ ਲੈਂਗੁਏਜ ਸਿੱਖਣ ਦੇ ਲਈ ਸੋ ਉਹ ਇਹਨਾਂ ਇੰਟਰਸਟ ਨਹੀਂ ਦਿਖਾਨਗੇ ਨੈਕਸਟ ਜਿਹੜੀ ਹੈਗੀ ਆ 뮤ਜ਼ੀਅਮਸ ਐਂਡ ਆਰਟ ਗੈਲਰੀਜ਼ ਸ਼ੁੱਡ ਕਨਸੈਂਟਰੇਟ ਓਨ ਲੋਕਲ ਵਰਕ ਕਿਨ ਜਿਹੜੇ 뮤ਜ਼ੀਅਮ ਤੇ ਆਰਟ ਗੈਲਰੀਜ਼ ਨੇ ਉਹਨਾਂ ਨੂੰ ਕਨਸੈਂਟਰੇਟ ਕਰਨਾ ਚਾਹੀਦਾ ਲੋਕਲ ਵਰਕ ਸੋ ਵਿੱਚ ਰੈਦਰ ਦੈਨ ਕਿੰਦੀ ਬਜਾਈ ਕਿ ਉਹ ਦੂਸਰੇ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਕਲਚਰਸ ਨੂੰ ਦਾ ਦਿਖਾਨ ਤਾਂ ਇਹ ਆਇਆ ਸੀ ਟਾਸਕ 19 ਸਪਟੈਂਬਰ 2020 ਇਵਨਿੰਗ ਦੇ ਵਿੱਚ ਇਨ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆਪਣੇ ਕਲਚਰ ਬਾਰੇ ਆਪਣੇ ਟ੍ਰੈਡੀਸ਼ਨ ਬਾਰੇ ਸੋ ਇੰਨਾ ਇੰਟਰਸਟ ਨਹੀਂ ਦੁਕਾਨ ਦੇ ਉਹ ਵਿਜ਼ਿਟ ਨਹੀਂ ਕਰਦੇ ਇਨਾਂ ਚੀਜ਼ਾਂ ਨੂੰ ਤੇ ਦੂਸਰ ਆਪਾਂ ਹਾਊਐਵਰ ਲਗਾ ਕੇ ਇੱਥੇ ਬੋਲ ਸਕਦੇ ਹਾਂ ਕਿ ਅਗਰ ਦੂਸਰੇ ਜੜੀਆਂ ਕੰਟਰੀਜ਼ ਦੇ ਇੰਟਰਨੈਸ਼ਨਲ ਕੰਟਰੀ ਨੇ ਜੇ ਦੂਸਰੇ ਕੰਟਰੀਜ਼ ਦੇ ਕਲਚਰ ਨੂੰ ਦਿਖਾਨ ਕੇ ਉਹਨਾਂ ਨੂੰ ਉਹਨਾਂ ਦਾ ਇੰਟਰਸਟ ਪੈਦਾ ਹੋਊਗਾ ਉਹ ਨੋਲਿਜ ਗੇਨ ਕਰਨਗੇ ਉਹ ਦੂਜੇ ਕਲਚਰ ਨੂੰ ਸਿੱਖਣ ਦਾ ਉਹਨਾਂ ਨੂੰ ਮੌਕਾ ਮਿਲੂਗਾ ਤਾਂ ਉਹ ਜਿਹੜੀ ਇੰਟਰਨੈਸ਼ਨਲ ਆਰਟਵਰਕ ਆਰਟਵਰਕਸ ਹੁੰਦੇ ਨੇ ਉਹ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਸੋਸ਼ਲ ਲਾਈਫ ਨੂੰ ਹੋਰ ਵੀ ਇਨਰਚ ਕਰ ਸਕਣਗੇ ਸੋ ਇਸ ਤਰ੍ਹਾਂ ਦਾ ਆਪਾਂ ਲਿਖ ਸਕਦੇ ਹਾਂ ਇਹਦੇ ਵਿੱਚ ਨੈਕਸਟ ਜਿਹੜੀ ਸਟੇਟਮੈਂਟ ਹੈ ਸਮ ਪੀਪਲ ਥਿੰਕ ਪੋਲੀਟੀਸ਼ੀਅਨਸ ਹੈਵ ਗ੍ਰੇਟਰ ਇਨਫਲੂਐਂਸ ਔਨ ਵਰਡ ਕਹਿੰਦੇ ਜਿਹੜੇ ਕੁਝ ਲੋਕ ਨੇ ਉਹ ਸੋਚਦੇ ਨੇ ਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਆਪਣੇ ਵਰਡ ਦੇ ਉੱਪਰ ਦੂਸਰੀ ਤਰਫ ਕਹਿੰਦੇ ਨੇ ਕਿ ਸਾਇੰਟਿਸਟ ਜ਼ਿਆਦਾ ਨੇ ਜਿੰਨਾ ਦਾ ਪ੍ਰਭਾਵ ਵਰਡ ਦੇ ਉੱਪਰ ਜ਼ਿਆਦਾ ਪੈਂਦਾ ਸੋ ਆਪਾਂ ਇਹ ਆਇਆ ਸੀ ਟਾਸਕ 26 ਸਪਟੰਬਰ 2020 ਮਾਰਨਿੰਗ ਦੇ ਵਿੱਚ ਤਾਂ ਫਰਸਟ ਵੀ ਵਿਊ ਆਪਾਂ ਦਵਾਂਗੇ ਪੋਲੀਟੀਸ਼ੀਨ ਦੇ ਨਾਲ ਰਿਲੇਟਡ ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਕਿ ਜਿਹੜੇ ਪੋਲੀਟੀਸ਼ੀਨਸ ਹੁੰਦੇ ਨੇ ਉਹੀ ਬ੍ਰੇਕ ਕਰ ਸਕਦੇ ਨੇ ਰੂਲ ਉਹੀ ਬਣਾ ਸਕਦੇ ਨੇ ਸੋ ਉਹਨਾਂ ਕੋਲ ਬਹੁਤ ਜ਼ਿਆਦਾ ਅਥਾਰਟੀ ਹੁੰਦੀ ਆ ਠੀਕ ਹੈ ਦੂਸਰੀ ਤਰਫ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੇ ਸਾਇੰਟਿਸਟ ਨੇ ਉਹ ਕੀ ਆ ਆਪਾਂ ਨੇ ਵਰਡ ਨੂੰ ਇੱਕ ਬੈਟਰ ਪਲੇਸ ਬਣਾ ਸਕਦੇ ਨੇ ਤੇ ਉਹ ਹਮੇਸ਼ਾ ਚੇਂਜ ਆਪਣਾ ਨੂੰ ਟਰਾਈ ਕਰਨਗੇ ਜਿਹੜਾ ਆਪਣਾ ਦੇਸ਼ ਆ ਉਹਨੂੰ ਚੰਗਾ ਬਣਾਉਣ ਦੇ ਕਿਉਂਕਿ ਉਹ ਉਹ ਜਿਹੜਾ ਬਿਲੀਵ ਕਰਦੇ ਨੇ ਰਿਸਰਚ ਦੇ ਉੱਪਰ ਨਾ ਕਿ ਡਿਸੀਜਨ ਦੇ ਉੱਪਰ ਉਹ ਪਹਿਲਾਂ ਪੂਰਾ ਚੀਜ਼ ਨੂੰ ਵਰਕ ਕਰਨਗੇ ਉਹਨੂੰ ਪ੍ਰੂਵ ਕਰਨਗੇ ਫਿਰ ਉਸ ਤੋਂ ਬਾਅਦ ਉਹ ਅਪਲਾਈ ਕਰਨਗੇ ਨੈਕਸਟ ਹੈ ਆਪਣੇ ਕੋਲ ਇਨ ਪਾਸ ਪੀਪਲ ਯੂਸਡ ਟੂ ਟਰੈਵਲ ਅਬ੍ਰੋਡ ਟੂ ਲੁੱਕ ਮੈਨੀ ਡਿਫਰੈਂਸਿਸ ਫਰਮ देयर ਹੋਮ ਕੰਟਰੀ ਕਨੇ ਪਾਸ ਦੇ ਵਿੱਚ ਬਹੁਤ ਸਾਰੇ ਲੋਕ ਟਰੈਵਲ ਕਰਦੇ ਸੀ ਇਹ ਹੀ ਦੇਖਣ ਦੇ ਲਈ ਆਪਣੀ ਹੋਮ ਕੰਟਰੀ ਤੋਂ ਕੀ ਕੀ ਡਿਫਰੈਂਟ ਹੈਗੀਆਂ ਉੱਥੇ ਚੀਜ਼ਾਂ ਤੇ ਅੱਜ ਦੇ ਦਿਨਾਂ ਦੇ ਵਿੱਚ ਜਿਹੜੀਆਂ ਸਿਨਰੀਜ਼ ਨੇ ਹਰ ਜਗ੍ਹਾ ਤੇ ਪੂਰੇ ਵਰਡ ਦੇ ਵਿੱਚ ਉਹ ਸੇਮ ਨੇ ਕੀ ਕੀ ਕਾਜ਼ ਨੇ ਔਰ ਕੀ ਐਡਵਾਂਟੇਜਸ ਜ਼ਿਆਦਾ ਨੇ ਡਿਸਐਡਵਾਂਟੇਜ ਦੇ ਨਾਲੋਂ ਇਹ ਆਈਸੀ 26 ਸਪਟੰਬਰ 2020 ਇਵਨਿੰਗ ਦੇ ਵਿੱਚ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਤਾਂ ਆਰਕੀਟੈਕਚਰ ਰਿਜ਼ੈਂਬਲ ਹੋ ਗਿਆ ਬਿਲਕੁਲ ਸੇਮ ਹੋ ਗਿਆ ਤਾਂ ਪੀਪਲ ਕੈਨ ਅਫੋਰ ਟੂ ਟ੍ਰੈਵਲ ਐਸ ਇਟ ਹੈਜ਼ ਬੀ ਕਮ ਮੋਰ ਕਨਵੀਨੀਐਂਟ ਆਪਾਂ ਇਹ ਕਹਿ ਸਕਦੇ ਕਿ ਜਿਹੜਾ ਟ੍ਰੈਵਲ ਕਰਨਾ ਉਹਨਾਂ ਲਈ ਕਨਵੀਨੀਐਂਟ ਹੋ ਗਿਆ ਦੂਸਰੀ ਤਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨਾਲ ਜਿਹੜੀ ਗਲੋਬਲਾਈਜ਼ੇਸ਼ਨ ਆ ਉਹ ਜਿਹੜੀ ਡੈਮੇਜ ਹੋ ਰਹੀ ਆ ਤੇ ਉਹਦੇ ਨਾਲ ਕੀ ਹੈ এনवायरमेंटल ਪੋਲੂਸ਼ਨ ਵੀ ਹੋ ਰਿਹਾ ਕਿਉਂਕਿ ਬਿਲਡਿੰਗਸ ਬਣ ਗਈਆਂ ਨੇ ਫੈਕਟਰੀਜ਼ ਬਣ ਗਈਆਂ ਨੇ ਜਿਨ੍ਹਾਂ ਕਰਕੇ ਜਿਹੜਾ ਧੂਆਂ ਉਹ ਨਿਕਲ ਰਿਹਾ এনवायरमेंट ਪੋਲੂਸ਼ਨ ਹੋ ਰਿਹਾ ਤਾਂ ਉਹਦੇ ਨਾਲ ਆਪਣਾ ਪੂਰਾ ਜਿਹੜਾ ਦੇਸ਼ ਆ ਉਹ ਖਰਾਬ ਹੋ ਰਿਹਾ ਤਾਂ ਆਪਾਂ ਇਹਦੇ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਕਿਉਂਕਿ ਜਿਹੜੀਆਂ 에ਅਰ ਫਾਇਰਸ ਨੇ ਉਹ ਬਹੁਤ ਦੇ ਤੱਕੀਪ ਹੋ ਗਈਆਂ ਨੇ ਬਹੁਤ ਜ਼ਿਆਦਾ ਰੇਟ ਨਹੀਂ ਹੈਗੇ ਐਕਸਪੈਂਸਿਵ ਸੋ ਜਿਹੜੇ ਲੋਕ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਸੀ ਕੰਟਰੀ ਨੂੰ ਦੇਖਣ ਦੇ ਲਈ ਸੋ ਆਪਾਂ ਇਸ ਟਾਈਪ ਦਾ ਇਹਦੇ ਵਿੱਚ ਆਈਡੀਆ ਲਿਖ ਸਕਦੇ ਹਾਂ ਸੋ ਓਵਰਆਲ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੀ ਕਿਹੜੀ ਕਿਹੜੀ ਸਟੇਟਮੈਂਟ ਆਈਆਂ ਸੀ ਔਰ ਆਈਡੀਆ ਵੀ ਜੇ ਤੁਹਾਨੂੰ ਕਿਸੇ ਵੀ ਆਈਡੀਆ ਵਿੱਚ ਪ੍ਰੋਬਲਮ ਹੋਵੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਨਾਲ ਦੀ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਸੀ ਲਿੰਕ ਦਿੱਤਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰ ਸਕਦੇ ਹੋ ਥੈਂਕ ਯੂ